ਨੰਨੇ ਨੇ ਮੋਗਾ ਇਕਾਤੀ ਦਾਬਾ ਜ਼ਿੰਦਾਬਾਦ ਸਾਮੀ ਦੂਰੇ ਇਕਾਤੀ ਦਾਬਾ ਜ਼ਿੰਦਾਬਾਦ ਨੰਨੇ ਨੇ ਲੁਨੇ ਇਕਾਤੀ ਦਾਬਾ ਜ਼ਿੰਦਾਬਾਦ ਪਾਣੀਆਂ ਦੇ ਟਾਕੇ ਮਾਰਨ ਵਾਲੀ ਕੇਂਦਰੀ ਸਰਕਾਰ ਮੁਕਾਬਲ ਜ਼ਿੰਦਾਬਾਦ ਮੁਕਾਬਲ ਪਾਣੀਆਂ ਦਾ ਬਿਜਲੀ ਦੇ ਟਾਕੇ ਮਾਰਨ ਵਾਲੀ ਕੇਂਦਰ ਦੀ ਸਰਕਾਰ ਨੂੰ ਮੁਕਾਬਲ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜਿੱਥੇ ਝੋਨੇ ਦੀ ਆਮਦ ਦੀ ਸ਼ੁਰੂਆਤ ਹੋ ਚੁੱਕੀ ਹੈ ਉੱਥੇ ਵਿਰੋਧ ਵੀ ਸ਼ੁਰੂ ਹੋ ਚੁੱਕਿਆ ਹੈ ਗੱਲ ਕਰਦੇ ਆਂ ਸੁਲਤਾਨਪੁਰ ਲੋਧੀ ਦੇ ਸਮੇਤ ਜਿਲ੍ਹਾ ਕਪੂਰਥਲਾ ਦੀ ਉਹਨਾਂ ਮੰਡੀਆਂ ਦੀ ਜਿੱਥੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵੱਲੋਂ ਇਹਨਾਂ ਮੰਡੀਆਂ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਾਣਦੇ ਆਂ ਮੁੱਖ ਕਾਰਨ ਕੀ ਹੈ ਇਸ ਪ੍ਰਦਰਸ਼ਨ ਦਾ ਕਿਉਂਕਿ ਦਿਨ ਪਰ ਦਿਨ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਮੇਤ ਹੋਰ ਪੰਜਾਬ ਦੀਆਂ ਜੜੀਆਂ ਕਈ ਜਥੇਬੰਦੀਆਂ ਨੇ ਆਪਣਾ ਰੋਸ ਜ਼ਾਹਰ ਕਰਦੀਆਂ ਆ ਰਹੀਆਂ ਨੇ ਚਾਹੇ ਉਹ ਕੇਂਦਰ ਸਰਕਾਰ ਹੋਵੇ ਚਾਹੇ ਉਹ ਪੰਜਾਬ ਸਰਕਾਰ ਹੋਵੇ ਜਾਣਦੇ ਆ ਮੁੱਖ ਕਾਰਨ ਕੀ ਹੈ ਮੇਰੇ ਨਾਲ ਜ਼ਿਲ੍ਹਾ ਪ੍ਰਧਾਨ ਸਰਵਜ ਸਿੰਘ ਬਾਉਪਰ ਨੇ ਬਾਉਪਰ ਸਾਹਿਬ ਕੀ ਮੁੱਖ ਕਾਰਨ ਹੈ ਅੱਜ ਦੇ ਵਿਰੋਧ ਪ੍ਰਦਰਸ਼ਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਸਰਕਾਰਾਂ ਮਜਬੂਰ ਕਰਦੀਆਂ ਹਮੇਸ਼ਾ ਜਨਤਾ ਨੂੰ ਮੁੱਖ ਕਾਰਨ ਇਹਨਾਂ ਦਾ ਕੱਲ ਪਰਸੋਂ ਕੇਂਦਰ ਦੀ ਸਰਕਾਰ ਨੇ ਕੱਲ ਰਾਤ ਇੱਕ ਚੋਰੀ ਦੇ ਹਿਸਾਬ ਨਾਲ ਆਪਾਂ ਸਮਝਾਂਗੇ ਰਾਤੋਂ ਰਾਤ ਆੜੀ ਨਸ ਲਿਆ ਗਏ ਤੇ ਬਿਜਲੀ ਸੋਧ ਬਿੱਲ 222 ਲੈਂਦਾ ਪ ਤਿੰਨ ਸਾਲ ਤੋਂ ਪਿੱਛੇ ਅਟਕਿਆ ਆ ਰਿਹਾ ਸੀ ਤੇ ਇਹਨਾਂ ਦੇ ਰਾਤੋਂ ਰਾਤ ਲਿਆਂਦਾ ਜਿਹਦੇ ਵਿੱਚ ਬਿਜਲੀ ਬਹੁਤ ਮਹਿੰਗੀ ਹੋ ਜੂਗੀ ਅਸੀਂ ਕਿਉਂਕਿ ਇਹ ਵੀ ਜਾਗਦੇ ਆ ਜਦੋਂ ਪਤਾ ਲੱਗਾ ਸਾਡੇ ਆਗੂਆਂ ਨੇ ਉਹਨਾਂ ਉਸੇ ਵੇਲੇ ਸਾਰੇ ਪੰਜਾਬ ਭਰ ਦੇ ਵਿੱਚ ਤਾਰਾਂ ਖੜਕਾਈਆਂ ਵੀ ਉੱਠ ਕੇ ਜਾਗੋ ਇਹ ਰਾਤ ਰਾਤ ਖੇਤੀ ਤਨ ਕਾਨੂੰਨਾਂ ਨੂੰ ਇੱਕ ਕਾਨੂੰਨ ਲੈ ਕੇ ਆ ਗਿਆ ਜਿਹਦੇ ਵਿੱਚ ਬਿਜਲੀ ਬਹੁਤ ਮਹਿੰਗੀ ਹੋ ਜੂਗੀ ਸਾਡੇ ਘਰਾਂ ਦੇ ਵਿੱਚ ਬਿਜਲੀ ਜਦੋਂ ਅਸੀਂ ਬਾਲਣੀ ਪਈ ਤੇ ਸਾਨੂੰ ਜਿਤਨਾ ਆਪਾਂ ਮੋਬਾਈਲ ਦੇ ਵਿੱਚ SIM ਪਾਉਣੇ ਆ ਉਸ ਤਰ੍ਹਾਂ ਦੇ ਹਾਤ ਸਰਕਾਰ ਬਣਾਉਣ ਤੇ ਤੁਲੀ ਆ ਕਿਉਂਕਿ ਸਰਕਾਰ ਜਿਹੜੀ ਸਾਡੀ ਹਿੰਦੁਸਤਾਨ ਭਾਰਤ ਦੀ ਆ ਉਹ ਫਟੜ ਸਾਪਾਂ ਨੂੰ ਸਾਨੂੰ ਡੰਗ ਮਾਰ ਰਹੀ ਆ ਖੇਤੀ ਕਾਨੂੰਨਾਂ ਦੇ ਵਿੱਚੋਂ ਪਿੱਛੇ ਗਈ ਆ ਪਰ ਉਹਦਾ ਉਹਨਾਂ ਨੂੰ ਦੁੱਖ ਨਹੀਂ ਭੁੱਲ ਰਿਆ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਗੇ ਆ ਰਹੀ ਆ ਪਰ ਪੰਜਾਬ ਦੇ ਲੋਕ ਬਹੁਤ ਸੁਚੇਤ ਆ ਅਸੀਂ ਚਾਰ ਥਾਵਾਂ ਦੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਮੰਗ ਪੱਤਰ ਦਿੱਤੇ ਆ ਕਪੂਰਥਲਾ ਸੁਬਾਨਪੁਰ ਭਲਾਥੜ ਢਲਵਾ ਤੇ ਸੁਲਤਾਨਪੁਰ ਲੋਧੀ ਅਸੀਂ ਥਾਂ ਥਾਂ ਤੇ ਮੰਗ ਪੱਤਰ ਦੇ ਰਹੇ ਪੂਰੇ ਪੰਜਾਬ ਭਰ ਦੇ ਵਿੱਚ ਕਿ ਜੋ ਤੁਸੀਂ ਇਹ ਕਾਨੂੰਨ ਬਣਾਇਆ ਪਾਣੀਆਂ ਦੇ ਤੇ ਬਿਜਲੀ ਦੇ ਇਹ ਲੋਕਾਂ ਨੂੰ ਮਨਜ਼ੂਰ ਨਹੀਂ ਇਹਨੂੰ ਵਾਪਸ ਲੈ ਜਾਓ ਕਿਉਂਕਿ ਜਿਹੜੇ ਕਾਨੂੰਨ ਲੋਕਾਂ ਨੂੰ ਮਨਜ਼ੂਰ ਨਾ ਆਉਣ ਉਹ ਹਮੇਸ਼ਾ ਕਿਤੇ ਨਾ ਕਿਤੇ ਰੱਦੀ ਵਾਲੀਆਂ ਟੋਕਰੀਆਂ ਦਾ ਸ਼ਿੰਗਾਰ ਬਣਦੇ ਆ ਰੱਦੀ ਵਾਲੀਆਂ ਟੋਕਰੀਆਂ ਜਿਉਂ ਉਹਨਾਂ ਨੂੰ ਸੁੱਟਦੇ ਆ ਲੋਕ ਇਸ ਕਰਕੇ ਇਸੇ ਤਰ੍ਹਾਂ ਮੈਂ ਗੱਲ ਥੋੜੀ ਜੀ ਕਰ ਲਾਂ ਤੁਹਾਡੇ ਨਾਲ ਪੰਜਾਬ ਦੀ ਜੋ ਧਾਰੀਵਾਲ ਜੋ ਬਣਿਆ ਆਪਣਾ ਖੇਤੀ ਮੰਦਰੀ ਉਹਨੇ ਬਹੁਤ ਗਰਜਵੀਂ ਆਵਾਜ਼ ਦੇ ਵਿੱਚ ਆਖਿਆ ਕਿ ਜੰਗ ਦਾ ਐਲਾਨ ਹੋ ਗਿਆ ਜਿਹੜੇ ਲੋਕ ਪਰਾਲੀ ਫੂਕਣਗੇ ਉਹਨਾਂ ਦੇ ਧੜਾ ਧੜ ਪਰਚੇ ਹੋਣਗੇ ਅਸੀਂ ਇਹਨੇ ਕਿਹੜੀ ਜੰਗ ਦੀ ਪਾਕਿਸਤਾਨ ਨਾਲ ਲੱਗੀ ਆ ਗਰੀਬ ਕਿਸਾਨ ਤਿੰਨ ਤਿੰਨ ਚਾਰ ਚਾਰ ਕਿਲੇ ਵਾਲੇ ਲੋਕ ਜਿਨ੍ਹਾਂ ਦੇ ਕੋਲੇ ਕੋਈ ਸਾਧਨ ਨਹੀਂ ਉਹਨਾਂ ਮਜਬੂਰ ਹੋਗੇ ਮਾਰੀ ਦੇ ਆਂ ਅੱਗ ਲਾਉਣੀ ਆ ਧਾਰੀਵਾਲ ਤੇਨੂੰ ਇਸ ਜੰਗ ਵਾਸਤੇ ਅਸੀਂ ਵਿਧਾਨ ਸਭਾ ਦੇ ਵਿੱਚ ਘੱਲਿਆ ਵੋਟਾਂ ਬਾਗੇ ਆਪ ਜੰਗ ਸਾਡੇ ਨਾਲ ਕਰ ਰਹੇ ਆ ਜੇ ਤੇਰੀ ਮਾੜਾ ਮੋੜ ਭਾਸ਼ਾ ਦੇ ਵਿੱਚ ਤੇ ਕਿਸ ਤਰੀਕੇ ਨਾਲ ਬੋਲ ਤੂੰ ਕਿਹੜਾ ਜੰਗ ਦਾ ਐਲਾਨ ਤੇ ਕਿਹਦੇ ਨਾਲ ਜੰਗ ਕਰ ਰਹੇ ਆ ਇਸ ਕਰਕੇ ਉਹਨੂੰ ਜਵਾਬ ਦੇਣ ਵਾਸਤੇ ਅਸੀਂ ਕਿਹਾ ਕਿ ਫਿਰ ਤੂੰ ਜੰਗ ਦਾ ਐਲਾਨ ਕਰਦਾ ਤੇ ਪੰਜਾਬ ਦੇ ਲੋਕ ਤੇਰੇ ਗਾੜੀ ਬੈਠੇ ਜਿਨ੍ਹਾਂ ਤੈਨੂੰ ਵੋਟਾਂ ਪਾਈਆਂ ਫਿਰ ਸਮੇਂ-ਸਮੇਂ ਸਰ ਜਿਹੜਾ ਲੋਕਾਂ ਕੋਲੇ ਕੋਈ ਸਾਧਨ ਨਹੀਂ ਉਹਨਾਂ ਦੀ ਅੱਗ ਕਿਸਾਨ ਮਜ਼ਦੂਰ ਸੰਘਾਸ਼ ਕਮੇਟੀ ਲਵਾਉਗੀ ਪਰ ਸ਼ਰਤਾਂ ਦੇ ਰੂਪ ਦੇ ਵਿੱਚ ਸਕੂਲਾਂ ਵਾਲੀਆਂ ਬਸਾਂ ਦਾ ਧਿਆਨ ਰੱਖਿਆ ਜਾਊ ਰੁੱਖਾਂ ਦਾ ਧਿਆਨ ਰੱਖਿਆ ਜੇ ਉਹ ਅਸੀਂ ਬੱਚਿਆਂ ਨੂੰ ਰੁੱਖ ਪਾਲੇ ਆ ਇਹ ਰੁੱਖਾਂ ਦਾ ਧਿਆਨ ਸਕੂਲ ਦੀਆਂ ਬਸਾਂ ਦਾ ਟਾਈਮ ਦਾ ਧਿਆਨ ਰੱਖਿਆ ਜਾਊ ਪਰ ਸਾਡਾ ਕੋਈ ਅੱਗ ਲਾਉਣਾ ਸ਼ੌਂਕ ਨਹੀਂ ਹੈਗਾ ਅਸੀਂ ਆਪ ਇਹ ਗੱਲਾਂ ਨੇ ਕਿ ਅਸੀਂ ਵਾਤਾਵਰਣ ਪ੍ਰੇਮੀ ਆ ਸਾਡੀਆਂ ਮੋਟਰਾਂ ਦੇ 12-12 ਰੁੱਖ ਪਿਛੇ ਪ੍ਰਧਾਨ ਜੀ ਸੂਬਾ ਪ੍ਰਧਾਨ ਨੇ ਲਵਾਏ ਤੇ ਅਸੀਂ ਉਹਨਾਂ ਨੂੰ ਪਾਲ ਰਹੇ ਆ ਉਹਨਾਂ ਨੂੰ ਸਾੜਨ ਵਾਸਤੇ ਨਹੀਂ ਅਸੀਂ ਰੁੱਖ ਲਾਏ ਇਸ ਕਰਕੇ ਇਹ ਸਰਕਾਰ ਜਿਹੜੀ ਲੈਹਦੇ ਵਿੱਚ ਬੋਲਦੀ ਆ ਉਸੇ ਲੈਹਦੇ ਵਿੱਚ ਸਾਡੇ ਕਿਸਾਨ ਮਜ਼ਦੂਰ ਉਹਨੂੰ ਜਵਾਬ ਦੇਣਾ ਚਾਹੁੰਦੇ ਆ ਜੀ ਇਹ ਵੱਡਾ ਕਾਰਨ ਕੀ ਤੁਸੀਂ ਸਮਝਦੇ ਆ ਕਿਸਾਨਾਂ ਨੂੰ ਆਪਣੀ ਹੱਕੀ ਮੰਗਾ ਵਾਸਤੇ ਸੜਕਾਂ ਤੇ ਹੀ ਕਿਉਂ ਉਤਰਨਾ ਪੈਂਦਾ ਹੈ ਕਿਉਂਕਿ ਦੇਖਿਆ ਜਾਵੇ ਤਾਂ ਸਰਕਾਰ ਵੱਲੋਂ ਵੀ ਪਰਜ਼ੋਰ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੀਆਂ ਸਹੂਲਤਾਂ ਪਹਿਲ ਦੇ ਆਧਾਰ ਤੇ ਜਿਹੜੀਆਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾਣ ਫੇਰ ਵੀ ਉਸ ਤੋਂ ਬਾਅਦ ਕਿਸਾਨ ਅੱਜ ਸੜਕਾਂ ਦੇ ਉੱਤੇ ਆ ਵੇਖੋ ਜੀ ਜਿਹੜਾ ਲੰਗੜਾ ਬੰਦਾ ਲੰਗੜੇ ਬੰਦੇ ਨੇ ਕਿਸੇ ਦੇ ਹਾਰੇ ਚੱਲਣਾ ਭਾਵੇਂ ਪੰਜਾਬ ਦੀ ਸਰਕਾਰ ਆ ਭਾਵੇਂ ਕੇਂਦਰ ਦੀ ਆ ਇਹਨਾਂ ਨੇ ਕਾਰਪੋਰੇਟ ਦੇ ਪੱਖਾਂ ਦੇ ਮੋਢਿਆਂ ਦੇ ਤੇ ਚੜ੍ਹ ਕੇ ਉਹਨਾਂ ਦੇ ਹੈਲੀਕਾਪਟਰ ਝੂਟਣੇ ਆ ਉਹਨਾਂ ਦੇ ਜਹਾਜ਼ ਝੂਟਣੇ ਆ ਤੇ ਇਹਨਾਂ ਨੇ ਜੋ ਉਹਨਾਂ ਦੀਆਂ ਨੀਤੀਆਂ ਬਣਾਉਣੀਆਂ ਇਹਨਾਂ ਨੇ ਉਹੋ ਹੀ ਨੀਤੀਆਂ ਬਣਾਉਣੀਆਂ ਭਾਵੇਂ ਪੰਜਾਬ ਦੀ ਸਰਕਾਰ ਆ ਤੇ ਭਾਵੇਂ ਕੇਂਦਰ ਦੀ ਸਰਕਾਰ ਆ ਇਹ ਕਾਰਪੋਰੇਟ ਲੋਕਾਂ ਦੇ ਦਾਨੀਆਂ ਬਾਨੀਆਂ ਟਾਟੀਆਂ ਬਾਟੀਆਂ ਬਿਰਲਿਆਂ ਦੇ ਸ਼ਾਰਿਆਂ ਦੇ ਨੱਚਦੇ ਆ ਇਹਨਾਂ ਨੂੰ ਮਜ਼ਦੂਰਾਂ ਦੀ ਕਿਸਾਨਾਂ ਦੀ ਕੋਈ ਜ਼ਰੂਰਤ ਨਹੀਂ ਇਹਨਾਂ ਨੂੰ ਸਿਰਫ ਵੋਟਾਂ ਦੀ ਜ਼ਰੂਰਤ ਸੀ ਵੋਟਾਂ ਨੇ ਲੈ ਲਈਆਂ ਤੇ ਪੰਜਾਬ ਵਾਸਤੇ 17 ਸਾਲਾਂ ਦੇ ਵਿੱਚ ਕਿਸੇ ਨੇ ਕੁਝ ਨਹੀਂ ਕੀਤਾ ਜੇ ਕੁਝ ਕਰਦੇ ਹੁੰਦੇ ਤੇ ਕਦੀ ਵੀ ਕਿਸਾਨ ਮਜ਼ਦੂਰ ਦਾ ਦਿਮਾਗੀ ਨੁਕਸ ਨਹੀਂਗਾ ਕਿ ਸੜਕਾਂ ਦੇ ਉੱਤੇ ਸਾਰਾ ਪਰਿਵਾਰ ਲੈ ਗਏ ਅਸੀਂ ਸੜਕਾਂ ਦੇ ਉੱਤੇ ਬੈਠੇ ਆਂ ਸਰਕਾਰ ਦੇ ਸਤਾਏ ਹੋਏ ਅਸੀਂ ਸੜਕਾਂ ਦੇ ਬੈਠੇ ਆਂ ਕਈਆਂ ਨੇ ਕਿ ਬਾਜ ਆਜੋ 17 ਸਾਲਾਂ ਦੇ ਵਿੱਚ ਤੁਸੀਂ ਦੇਸ਼ ਦਾ ਬੇੜਾਗਰ ਕਰਕੇ ਰੱਖਤਾ ਹੋਣੀ ਸੋਚੋ ਕੁਝ ਨਾ ਕੁਝ ਜਿਹੜੀ ਜਿਹੜੇ ਲੋਕਾਂ ਨੇ ਇੱਕ ਧਾਰਨਾ ਬਣਾਉਂਦੇ ਸੀ ਕਿ ਪੰਜਾਬ ਸੋਨੇ ਦੀ ਚਿੜੀਆ ਇਹਨਾਂ ਨੇ ਵਾਰੋ ਵਾਰੀ ਜਿੱਦੀ ਇੱਕ ਬੱਸ ਸੀ ਉਹਦੀ 600 600 ਬਸ ਬਣੀ ਆ ਜਿਹਦੇ ਕੋਲੇ ਪੰਜ ਕਿਲੇ ਪੈਲੀ ਉਹ ਕਰੋੜਾ ਕਲਿਆ ਦਾ ਮਾਲਕ ਬਣ ਕੇ ਬੈਠਾ ਤੇ ਕਿਸਾਨਾਂ ਮਜ਼ਦੂਰਾਂ ਦੇ ਲਹੂ ਦੇ ਵਿੱਚ ਨਹਾ ਰਿਆ ਅਸੀਂ ਇਹਨਾਂ ਨੂੰ ਵਾਰ-ਵਾਰੇ ਕਹਿਣਾ ਚਾਹੁੰਦੇ ਆ ਕੇ ਪੰਜਾਬ ਦੇ ਹੱਕ ਦੀਆਂ ਨੀਤੀਆਂ ਬਣਾਓ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਦੀਆਂ ਨੀਤੀਆਂ ਬਣਾਓ ਤੇ ਧਰਨੇ ਕਦੀ ਨਹੀਂ ਲੱਗਣਗੇ ਧੰਨਵਾਦ ਜੀ ਆਉਣ ਵਾਲੀ ਮਹੀਵਾਲ ਜੀ ਤੁਹਾਡੇ ਤੋਂ ਗੱਲਬਾਤ ਸ਼ੁਰੂਆਤ ਕਰਦੇ ਹਾਂ ਕਿ ਆਉਣ ਵਾਲੀ 23 ਤਰੀਕ ਨੂੰ ਜਿਹੜੀ ਸੂਬਾ ਕੌਰ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਕਿਹੜੇ ਅਹਿਮ ਫੈਸਲੇ ਲਏ ਲਏ ਜਾਣਗੇ ਇਸ ਮੀਟਿੰਗ ਦੇ ਵਿੱਚ ਕੀ ਵਿਚਾਰ ਚਰਚਾਵਾਂ ਜਿਹੜੀਆਂ ਹੋਣਗੀਆਂ ਦੇਖੋ ਜੀ ਜਿਹੜਾ 23 ਤਰੀਕ ਨੂੰ ਸਾਡੀ ਕੌਰ ਕਮੇਟੀ ਦੀ ਮੀਟਿੰਗ ਸੱਦੀ ਹੈ ਨਾ ਉਹਦੇ ਵਿੱਚ ਬਹੁਤ ਹੀ ਅਹਿਮ ਫੈਸਲਾ ਜਿਹੜਾ ਉਹ ਲਿਆ ਜਾ ਸਕਦਾ ਇੱਕ ਤੇ ਪਾਣੀ ਦੀ ਲੜਾਈ ਲੜ ਰਹੇ ਆ ਦੂਸਰਾ ਜਿਹੜਾ ਇਹਨਾਂ ਨੇ ਚੁੱਪਚੀਤੇ ਜਿਹੜਾ ਬਿੱਲ ਪਾਸ ਕਰਤਾ ਵਾ ਉਹ ਬਿੱਲ ਸੂਬੇ ਦੇ ਅਧਿਕਾਰਾਂ ਤੇ ਵੱਡਾ ਡਾਕਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਨੂੰ ਬਿਜਲੀ ਆ ਉਹ ਨਹੀਂ ਮਿਲਣੀ ਮੋਟਰਾਂ ਦੇ ਬਿੱਲ ਲੱਗਣਗੇ ਚੇਪ ਵਾਲੇ ਮੀਟਰ ਲਾਉਣ ਦੀਆਂ ਤਿਆਰੀਆਂ ਕਰ ਰਹੀ ਆ ਸਰਕਾਰ ਜਿਹੜੀ ਭਗਵੰਤ ਮਾਨ ਸਰਕਾਰ ਕਹਿੰਦੀ ਵੀ ਸਾਡੀ ਸਰਕਾਰ ਆਉਣ ਤੇ ਧਰਨੇ ਨਹੀਂ ਲੱਗਣਗੇ ਉਹ ਅੱਜ ਸਰਕਾਰ ਵੇਖ ਲੈ ਵੀ ਤੁਹਾਡੇ ਦੋਵਾਂ ਮਹੀਨਿਆਂ ਬਾਅਦ ਹੀ ਧਰਨੇ ਲੱਗਣੇ ਸ਼ੁਰੂ ਹੋ ਗਏ ਆ ਕਿਹੜਾ ਵਰਗ ਆ ਜਿਹੜਾ ਨਹੀਂ ਸੜਕਾਂ ਤੇ ਬੈਠਾ ਤੁਸੀਂ ਕਹਿ ਰਹੇ ਹੋ ਅਸੀਂ ਇੰਨੀਆਂ ਨੌਕਰੀਆਂ ਦੇਤੀਆਂ ਬਾਹਰੋਂ ਆਣ ਕੇ ਲੋਕ ਇੱਥੇ ਨੌਕਰੀਆਂ ਕਰਨਗੇ ਜਿਹੜੀਆਂ 68 ਭਰਤੀਆਂ ਕੀਤੀਆਂ 35 ਤੁਸੀਂ ਬਾਹਰੋਂ ਲੈ ਲਿਓ ਕੱਲ ਪਰਸੋ ਜਿਨ੍ਹਾਂ ਦੇ ਤੁਸੀਂ ਡਾਂਗਾ ਛੋਟੇ ਵਰਾਏ ਆ ਪੰਜਾਬ ਪੁਲਿਸ ਨੇ ਤੁਹਾਡੇ ਕਹਿਣ ਤੇ ਵਰਾਏ ਆ ਉਹ ਕੋਈ ਐਵੇਂ ਨਹੀਂ ਸੀਗੀ ਉਹ ਪੀ ਐਚ ਡੀ ਕੀਤੇ ਪੜੇ ਲਿਖੇ ਨੌਜਵਾਨ ਆ ਜਿਹੜੇ ਨੌਕਰੀਆਂ ਮੰਗ ਰਹੇ ਆ ਪਰ 23 ਤਰੀਕ ਨੂੰ ਜਿਹੜਾ ਫੈਸਲਾ ਵਾ ਉਹ ਸੂਬੇ ਦੀ ਕੋਰ ਕਮੇਟੀ ਕੋਈ ਐਂ ਫੈਸਲਾ ਰਹਿਣ ਜਾ ਰਹੀ ਆ ਕਿਉਂਕਿ ਘਰੇ ਬੈਠਿਆ ਨਹੀਂਗਾ ਸਰਨਾ ਕਿਉਂਕਿ ਰੋਜ ਦੀ ਰੋਜ ਨਵਾਂ ਹੀ ਕੋਈ ਨਾ ਕੋਈ ਜਿਹੜਾ ਫਤਵਾ ਜਾਰੀ ਹੁੰਦਾ ਕਦੀ ਤਾਂ 23 ਕੁਆਂਟਲ ਦੀ ਸ਼ਰਤ ਲਾਈ ਜਾਂਦੀ ਆ ਕਦੇ ਬਿਜਲੀ ਖੋਣ ਦੀਆਂ ਗੱਲਾਂ ਪਾਣੀ ਸਾਡਾ ਇਹ ਲੈ ਚੱਲੇ ਆ ਸਾਡੇ ਕੋਲ ਛੜਦੇ ਹੀ ਕੁਝ ਨਹੀਂ ਸਾਡੀ ਮਜਬੂਰੀ ਆ ਸੜਕਾਂ ਤੇ ਆਣ ਕੇ ਲੜਨਾ ਉਧਰੋਂ ਧਾਰੀਆਲ ਜਿਹੜਾ ਵਾ ਮੰਤਰੀ ਆ ਉਹ जख्मਾਂ ਤੇ ਲੂਣ ਪਾ ਰਿਹਾ ਵਾ ਵੀ ਤੁਸੀਂ ਸਾਡੇ ਸਾਡੇ ਵਾਸਤੇ ਪ੍ਰਬੰਧ ਕੀ ਕੀਤਾ ਵਾ ਜਿਹੜੀ ਇਹ ਰੋਜ਼ ਇੱਕ ਐਡ ਆਉਂਦੀ ਆ ਵੀ ਅਸੀਂ ਇੰਨੀ ਇਹਨਾਂ ਨੂੰ ਸਬਸਿਡੀ ਦੇਤੀ ਆ ਆ ਸੰਧ ਦੇਤਾ ਧਾਰੀয়াল ਸਾਹਿਬ ਜਿਹੜੇ ਤੁਸੀਂ ਕਹਿੰਦੇ ਨਾ ਵੀ ਅਸੀਂ ਐਪੀ ਸੀਡਰ ਦੇਤੇ 40% ਸਬਸਿਡੀ ਆ ਜਥੇਬੰਦੀ ਦੀ ਮੰਗ ਸੀਗੀ ਵੀ 90% ਜਿਹੜੀ ਆ ਉਹ ਸਬਸਿਡੀ ਦਿੱਤੀ ਜਾਵੇ ਔਰ ਕਿਸਾਨਾਂ ਨੂੰ 200 ਰੁਪਇਆ ਪ੍ਰਤੀ ਕੁਆਂਟਲ ਜਿਹੜਾ ਮਾਅਵਜਾ ਦਿੱਤਾ ਜਾਵੇ ਪਰਿਵਾਰੀ ਆਪਣੀ ਪਰਾਲੀ ਨੂੰ ਸਾਂਭਣ ਵਾਸਤੇ ਪਰ ਉਹਦੇ ਤੋਂ ਤੁਸੀਂ ਮੁੱਕਰ ਗਏ ਹੋ ਮੁੱਕਰ ਕੇ ਦੂਜੇ ਬੰਨੇ ਤੁਸੀਂ ਕਹਿੰਦੇ ਹੋ ਵੀ ਅਸੀਂ ਜੰਗ ਦਾ ਐਲਾਨ ਕਰਤਾ ਧਾਰੀਵਾਲ ਸਾਹਿਬ ਜੇ ਜੰਗ ਦਾ ਐਲਾਨ ਕਰਨਾ ਹੀ ਉਹ 51% ਵਾਲਿਆਂ ਤੇ ਕਰਦੇ ਉਹਨਾਂ ਫੈਕਟਰੀਆਂ ਤੇ ਕਰਦੇ ਉਹਨਾਂ ਨਾਲਿਆਂ ਤੇ ਕਰਦੇ ਜਿਹੜਾ ਧਰਤੀ ਦੇ ਵਿੱਚ ਗੰਦਾ ਪਾਣੀ ਪਾ ਰਹੇ ਆ ਨਸ਼ੇ ਦੇ ਖਿਲਾਫ ਕਰਦੇ ਜੰਗ ਦਾ ਐਲਾਨ ਤੁਸੀਂ ਕਿਸਾਨਾਂ ਮਜ਼ਦੂਰਾਂ ਤੇ ਕਰਨਾ ਸੀ ਜਿਨ੍ਹਾਂ ਦਾ ਧੂਆਂ 7% ਆ ਸਿਰਫ 7% ਤੇ ਜਿਹੜੇ 65% ਵਾਲੇ ਆ 51% ਵਾਲੇ ਆ ਉਧਰ ਨੂੰ ਤੁਸੀਂ ਮੂੰਹ ਨਹੀਂ ਉ ਕਰਦੇ ਜੇ ਤੁਸੀਂ ਇਹਨਾਂ ਗੱਲਾਂ ਤੇ ਆ ਗਏ ਆ ਅੱਗ ਲਾਉਣਾ ਸਾਡਾ ਸ਼ੌਕ ਨਹੀਂਗਾ ਅਸੀਂ ਅੱਗ ਨਹੀਂ ਲਾਉਣਾ ਚਾਹਦੇ ਵਾਤਾਵਰਣ ਦੇ ਪ੍ਰੇਮੀ ਆ ਅਸੀਂ ਵਾਤਾਵਰਣ ਨੂੰ ਬਚਾ ਕੇ ਰੱਖਿਆ ਵਾ ਰੁਕ ਜਿਹੜੇ ਲੱਗੇ ਸਾਡੀਆਂ ਜ਼ਮੀਨਾਂ 'ਚ ਲੱਗੇ ਆ ਸਾਡੀਆਂ ਮੋਟਰਾਂ 'ਚ ਲੱਗੇ ਆ ਪਰ ਜਿਹੜੇ ਲਹਿਜੇ ਨਾਲ ਤੂੰ ਕਹਿ ਰਿਆਂ ਜਿਹੜੀ ਤੇਰੀ ਬੋਡੀ ਦੀ ਲੈਂਗੁਏਜ ਆ ਤੇਰੀ ਆਪਣੀ ਲੈਂਗੁਏਜ ਆ ਉਹ ਇਹ ਸਪਸ਼ਟ ਕਰਦੀ ਆ ਕਿ ਤੂੰ ਹੰਕਾਰਿਆ ਗਿਆ ਵਾ ਪਰ ਤੇਰਾ ਮੂੰਹ ਤੋੜ ਜਵਾਬ ਦੇਵਾਂਗੇ ਜਿਹੜੇ ਕਿਸਾਨਾਂ ਦੇ ਕੋਲੋਂ ਕੋਈ ਸਾਧਨ ਨਹੀਂ ਹੈਗਾ ਆਪਣੀ ਪਰਾਲੀ ਨੂੰ ਸਾਹਮਣੇ ਵਾਸਤੇ ਉਹਨਾਂ ਕਿਸਾਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੋਲ ਖਲੋ ਕੇ ਅੱਗ ਲਵਾਉਗੀ ਜਿੰਨੇ ਪਰਚੇ ਕਰਨੇ ਤੂੰ ਕਰ ਲਈ ਜੋ ਕਰਨਾ ਤੁਸੀਂ ਕਰ ਲਿਓ ਜੀ ਉਹ ਅੱਜ ਦੇ ਇਸ ਪ੍ਰਦਰਸ਼ਨ ਤੋਂ ਬਾਅਦ ਇਹ ਤਾਂ ਗੱਲ ਸਾਫ਼ ਹੋ ਜਾਂਦੀ ਹੈ ਕਿ ਕਿਤੇ ਨਾ ਕਿਤੇ ਕਿਸਾਨਾਂ ਦੇ ਵਿੱਚ ਪੰਚਾਇਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਇਸ ਬਿਆਨ ਤੋਂ ਖਫਾ ਨੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਪਰ ਆਉਣ ਵਾਲੀ ਜਿਹੜੀ 23 ਤਰੀਕ ਹੈ ਉਹਦੇ ਵਿੱਚ ਜਿਹੜੀ ਸੂਬਾ ਕੌਰ ਕਮੇਟੀ ਦੀ ਜਿਹੜੀ ਇਹਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਕਈ ਅਹਿਮ ਫੈਸਲੇ ਲਏ ਜਾਣਗੇ ਦੇਖਣਾ ਹੈ ਬਾਕੀ ਹੋਵੇਗਾ ਕਿ ਕਿਹੜੇ ਉਹ ਅਹਿਮ ਫੈਸਲੇ ਹੋਣਗੇ ਜਿਹੜੇ ਕਿਸਾਨਾਂ ਦੇ ਹੱਕ ਵਿੱਚ ਹੋਣਗੇ ਕੈਮਰਾ ਪਰਸਨ ਵਰਮ ਸ਼ਰਮਾ ਦੇ ਨਾਲ ਚੰਦਰਮੜੀਆ ਸੁਲਤਾਨਪੁਰ ਲੋਧੀ ਜਗਬੰਦੀ